ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵਿਦਿਆਰਥੀਓ, ਅੱਜ ਦੀ ਵੀਡੀਓ ਵਿੱਚ ਆਪਾਂ 7ਵੀਂ ਕਲਾਸ ਦੇ ਲਈ ਜੋ ਸਰੀਰਕ ਸਿੱਖਿਆ ਵਿਸ਼ਾ ਹੈ ਫਿਜ਼ੀਕਲ ਐਜੂਕੇਸ਼ਨ, ਉਸ ਦਾ ਇੱਕ ਸੈਂਪਲ ਪੇਪਰ ਸੋਲਵ ਕਰਨ ਜਾ ਰਹੇ ਹਾਂ ਜੀ, ਜੋ ਕਿ ਤੁਹਾਡੇ ਪ੍ਰੀ ਬੋਰਡ ਦੇ ਐਗਜ਼ਾਮ ਦੇ ਲਈ ਹੈ। ਅਤੇ ਹੋਪ ਹੈ ਕਿ ਇਸ ਦੇ ਵਿੱਚੋਂ ਪ੍ਰੀ ਬੋਰਡ ਅਤੇ ਬਾਅਦ ਵਿੱਚ ਜੋ ਤੁਹਾਡੀ ਫਾਈਨਲ ਐਗਜ਼ਾਮ ਹੋਣੇ ਹਨ ਮਾਰਚ ਦੇ ਵਿੱਚ, ਉਸ ਦੇ ਵਿੱਚ ਵੀ ਕਾਫੀ ਜੋ ਕੁਐਸਚਨ ਹਨ ਇਸ ਦੇ ਵਿੱਚ ਉਹ ਆ ਸਕਦੇ ਹਨ। ਅਤੇ ਕੁੱਲ ਅੰਕ ਆਪਣੇ ਕੋਲ 40 ਹਨ ਪੇਪਰ ਦੇ ਜੀ, ਅਤੇ ਇਹ ਤੁਹਾਡੀ ਜੋ ਟਰਮ 2 ਪ੍ਰੀਖਿਆ ਹੈ ਉਸਦੇ ਲਈ ਵੀ ਕਾਫੀ ਇੰਪੋਰਟੈਂਟ ਹੈ, ਅਤੇ ਜੋ ਤੁਹਾਡੇ ਫਾਈਨਲ ਪੇਪਰ ਹੋਣੇ ਹਨ ਮਾਰਚ ਵਿੱਚ ਉਸਦੇ ਲਈ ਵੀ ਇਹ ਜੋ ਪੇਪਰ ਹੈ ਕਾਫੀ ਇੰਪੋਰਟੈਂਟ ਹੈ। ਦੋਨੋਂ ਵਾਰ ਤੁਸੀਂ ਇਸ ਪੇਪਰ ਨੂੰ ਜ਼ਰੂਰ ਦੇਖ ਕੇ ਜਾਣਾ ਹੈ। ਇਸ ਪੇਪਰ ਦੇ ਸਾਰੇ ਹੀ ਕੁਐਸਚਨਸ ਤੁਸੀਂ ਟਰਮ 2 ਦੀ ਪ੍ਰੀਖਿਆ ਲਈ, ਜੋ ਕਿ ਤੁਹਾਡੇ ਹੁਣ ਜਨਵਰੀ 'ਚ ਹੋਣੇ ਹਨ, ਅਤੇ ਜੋ ਤੁਹਾਡੇ ਫਾਈਨਲ ਪੇਪਰ ਹੋਣੇ ਹਨ ਮਾਰਚ ਵਿੱਚ ਉਸਦੇ ਲਈ ਵੀ ਇਸ ਪੇਪਰ ਨੂੰ ਜ਼ਰੂਰ ਦੇਖ ਕੇ ਜਾਣਾ ਹੈ, ਇਸਦੇ ਸਾਰੇ ਹੀ ਕੁਐਸਚਨ ਸੋਲਵ ਕਰਕੇ ਜਾਣੇ ਹਨ ਜੀ। ਅਤੇ ਆਓ ਆਪਾਂ ਹੁਣ ਇੱਕ ਇੱਕ ਕਰਕੇ ਸਾਰੇ ਹੀ ਕੁਐਸਚਨਸ ਦੇਖਦੇ ਹਾਂ ਕਿ ਇਹਨਾਂ ਦੇ ਕੀ ਆਂਸਰ ਹੋ ਸਕਦੇ ਹਨ ਜੀ। ਅਤੇ ਇਸ ਨੂੰ ਪਹਿਲਾ ਕੁਐਸਚਨ ਹੈ ਜੀ ਆਪਣੇ ਕੋਲ, ਮਨੁੱਖ ਦੇ ਸਰੀਰ ਵਿੱਚ ਕੁੱਲ ਕਿੰਨੀਆਂ ਹੱਡੀਆਂ ਹੁੰਦੀਆਂ ਹਨ? ਅਤੇ ਇਹ ਆਪਣੇ ਕੋਲ ਆਂਸਰ ਆਏਗਾ ਜੀ 206 ਹੱਡੀਆਂ। ਅਗਲਾ ਹੈ ਜੀ, ਸਾਹ ਰਾਹੀਂ ਕਿਹੜੀ ਗੈਸ ਅੰਦਰ ਲੈ ਕੇ ਜਾਂਦੇ ਹਾਂ? ਤਾਂ ਉਹ ਹੁੰਦੀ ਹੈ ਜੀ ਆਕਸੀਜਨ। ਆਕਸੀਜਨ ਗੈਸ ਅੰਦਰ ਲੈ ਕੇ ਜਾਂਦੇ ਹਾਂ, ਅਤੇ ਜੋ ਕਾਰਬਨ ਡਾਈਆਕਸਾਈਡ ਹੈ ਉਹ ਗੈਸ ਬਾਹਰ ਕੱਢੀ ਜਾਂਦੀ ਹੈ ਸਾਹ ਦੇ ਜ਼ਰੀਏ ਜੀ। ਅਗਲਾ ਹੈ ਜੀ, ਸਰੀਰਕ ਸਮਰੱਥਾ ਦੇ ਕਿੰਨੇ ਗੁਣ ਹੁੰਦੇ ਹਨ? ਅਤੇ ਇਸ ਨੂੰ ਆਪਣੇ ਕੋਲ ਹੁੰਦੇ ਹਨ ਜੀ 5 ਗੁਣ ਹੁੰਦੇ ਹਨ। ਅਤੇ ਕਿਹੜੇ ਕਿਹੜੇ ਹੁੰਦੇ ਹਨ ਜੀ 5 ਗੁਣ ਸਰੀਰਕ ਸਮਰੱਥਾ ਦੇ? ਰਫਤਾਰ, ਤਾਕਤ, ਦਮ, ਲਚਕ ਅਤੇ ਤਾਲਮੇਲ। ਅਤੇ ਆਓ ਅਗਲਾ ਕੁਐਸਚਨ ਦੇਖਦੇ ਹਾਂ ਜੀ। ਅਗਲਾ ਹੈ ਜੀ, ਪੈਰਾਂ ਦੀ ਕਰੂਪੀ ਦਾ ਕੀ ਨਾਮ ਹੈ? ਤਾਂ ਉਹ ਹੁੰਦਾ ਹੈ ਜੀ ਚਪਟਾ ਪੈਰ। ਅਤੇ ਆਓ ਅਗਲਾ ਕੁਐਸਚਨ ਦੇਖਦੇ ਹਾਂ ਜੀ। ਅਗਲਾ ਹੈ ਜੀ, ਸੱਟਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ? ਅਤੇ ਸਟੂਡੈਂਟ ਇਹ 2 ਪ੍ਰਕਾਰ ਦੀਆਂ ਹੁੰਦੀਆਂ ਹਨ, ਪ੍ਰਤੱਖ ਸੱਟਾਂ ਅਤੇ ਅਪ੍ਰਤੱਖ ਸੱਟਾਂ। ਅਗਲਾ ਹੈ ਜੀ, ਯੋਗ ਸ਼ਬਦ ਸੰਸਕ੍ਰਿਤ ਦੇ ਕਿਸ ਸ਼ਬਦ ਤੋਂ ਬਣਿਆ ਹੈ? ਉਹ ਬਣਿਆ ਹੈ ਜੀ ਜੁਜ ਤੋਂ। ਅਗਲਾ ਹੈ ਜੀ, ਖੇਡਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ 2 ਭਾਗਾਂ ਦੇ ਵਿੱਚ? ਅਤੇ ਕਿਹੜੀਆਂ 2 ਭਾਗਾਂ ਹੁੰਦੀਆਂ ਹਨ? ਵੱਡੀਆਂ ਖੇਡਾਂ ਅਤੇ ਛੋਟੀਆਂ ਖੇਡਾਂ। ਅਗਲਾ ਹੈ ਜੀ, ਸਕਾਊਟ ਲਹਿਰ ਪਹਿਲਾਂ ਕਿਸ ਦੇਸ਼ ਦੇ ਵਿੱਚ ਸ਼ੁਰੂ ਹੋਈ? ਤਾਂ ਉਹ ਹੋਈ ਸੀ ਜੀ ਬਰਤਾਨੀਆ ਦੇ ਵਿੱਚ। ਅਗਲਾ ਹੈ ਜੀ ਆਪਣੇ ਕੋਲ, ਸਕਾਊਟ ਕਿੰਨੀਆਂ ਉਂਗਲਾਂ ਨਾਲ ਸਲੂਟ ਕਰਦਾ ਹੈ? ਉਹ ਕਰਦਾ ਹੈ ਜੀ 3 ਉਂਗਲਾਂ ਦੇ ਨਾਲ ਸਲੂਟ ਕੀਤਾ ਜਾਂਦਾ ਹੈ। ਇੱਕ ਸਕਾਊਟ ਜੋ ਦੂਸਰੇ ਸਕਾਊਟ ਨੂੰ ਮਿਲਦਾ ਹੈ ਤਾਂ ਉਹ 3 ਉਂਗਲਾਂ ਨਾਲ ਸਲੂਟ ਕਰਦਾ ਹੈ ਜੀ। ਤੰਬਾਕੂ ਵਿੱਚ ਕਿਸ ਨਾਮ ਦਾ ਹਾਨੀਕਾਰਕ ਪਦਾਰਥ ਹੁੰਦਾ ਹੈ? ਉਹ ਹੁੰਦਾ ਹੈ ਜੀ ਨਿਕੋਟੀਨ। ਅਤੇ ਆਹ ਹੁਣ ਆਪਾਂ ਨੈਕਸਟ ਦੇਖਦੇ ਹਾਂ ਜੀ, ਮਿਲਾਨ ਕਰੋ। ਅਤੇ ਕੋਲਮ ਏ ਨੂੰ ਕੋਲਮ ਬੀ ਦੇ ਨਾਲ ਆਪਾਂ ਮਿਲਾਨ ਕਰਨਾ ਹੈ ਜੀ। ਪਹਿਲਾ ਹੈ ਸਰੀਰਕ ਸਮਰੱਥਾ, ਅਤੇ ਹੁਣੇ ਆਪਾਂ ਕਰ ਚੁੱਕੇ ਹਾਂ ਸਰੀਰਕ ਸਮਰੱਥਾ ਦੇ 5 ਗੁਣ ਹੁੰਦੇ ਹਨ ਜੀ। ਕਿਹੜੇ ਕਿਹੜੇ? ਰਫਤਾਰ, ਤਾਕਤ, ਦਮ, ਲਚਕ ਅਤੇ ਤਾਲਮੇਲ। ਅੱਗੇ ਹੈ ਜੀ, ਨੱਚਣ ਕੁੱਦਣ ਮਨ ਕਾ ਚਾਓ, ਇਹ ਹੈ ਗੁਰਬਾਣੀ ਦਾ ਸ਼ੁਭ ਵਿਚਾਰ। ਗਰਦਨ ਵਿੱਚ ਮੋਹਰੇ ਇਹ ਕਿੰਨੇ ਹੁੰਦੇ ਹਨ ਜੀ ਆਪਣੇ ਕੋਲ? 7 ਗਿਆਨ ਇੰਦਰੀਆਂ ਕਿੰਨੀਆਂ ਹੁੰਦੀਆਂ ਹਨ ਜੀ? 5 ਕਿਹੜੀਆਂ ਕਿਹੜੀਆਂ ਗਿਆਨ ਇੰਦਰੀਆਂ ਹੁੰਦੀਆਂ ਹਨ ਜੀ ਆਪਣੇ ਕੋਲ? ਨੱਕ, ਕੰਨ, ਜੀਭ, ਅੱਖਾਂ ਅਤੇ ਚਮੜੀ। ਅਤੇ ਆਕਸੀਜਨ ਦਾ ਆਪਣੇ ਕੋਲ ਉਲਟਾ ਆ ਜਾਏਗਾ ਕਾਰਬਨ ਡਾਈਆਕਸਾਈਡ। ਆਕਸੀਜਨ ਸਾਹ ਰਾਹੀਂ ਅੰਦਰ ਜਾਂਦੀ ਹੈ ਅਤੇ ਕਾਰਬਨ ਡਾਈਆਕਸਾਈਡ ਸਾਹ ਰਾਹੀਂ ਬਾਹਰ ਕੱਢੀ ਜਾਂਦੀ ਹੈ ਜੀ। ਅਤੇ ਆਹ ਹੁਣ ਆਪਾਂ ਖਾਲੀ ਥਾਵਾਂ ਭਰਦੇ ਹਾਂ ਜੀ। ਖਾਲੀ ਥਾਵਾਂ ਵਿੱਚ ਪਹਿਲਾ ਕੁਐਸਚਨ ਦੇਖੋ ਜੀ ਹੈ, ਦਿਲ ਮਨੁੱਖ ਲਈ ਡੈਸ਼ ਗੇੜ ਪ੍ਰਣਾਲੀ ਦਾ ਕੰਮ ਕਰਦਾ ਹੈ? ਅਤੇ ਇੱਥੇ ਆ ਜਾਏਗਾ ਲਹੂ ਗੇੜ ਪ੍ਰਣਾਲੀ ਦਾ ਕੰਮ ਕਰਦਾ ਹੈ ਜੀ। ਅਗਲਾ ਹੈ ਜੀ, ਅਸੀਂ ਸਾਹ ਰਾਹੀਂ ਡੈਸ਼ ਸਰੀਰ ਦੇ ਅੰਦਰ ਲੈ ਕੇ ਜਾਂਦੇ ਹਾਂ? ਅਤੇ ਇੱਥੇ ਆ ਜਾਏਗਾ ਜੀ ਆਕਸੀਜਨ। ਅਗਲਾ ਹੈ ਜੀ, ਸਰੀਰ ਦੇ ਬਾਹਰੀ ਹਿੱਸੇ ਉੱਪਰ ਲੱਗਣ ਵਾਲੀਆਂ ਸੱਟਾਂ ਨੂੰ ਪ੍ਰਤੱਖ ਸੱਟਾਂ ਕਿਹਾ ਜਾਂਦਾ ਹੈ। ਅਗਲਾ ਹੈ ਜੀ, ਸਰੀਰਕ ਢਾਂਚਾ 20 ਸਾਲ ਦੀ ਉਮਰ ਤੱਕ ਵੱਧ ਫੁੱਲ ਸਕਦਾ ਹੈ। ਅਗਲਾ ਹੈ ਜੀ, ਇੱਕ ਮਸ਼ਹੂਰ ਕਹਾਵਤ ਹੈ, ਵਿਹਲਾ ਮਨ ਸ਼ੈਤਾਨ ਦਾ ਘਰ। ਅਤੇ ਆਓ ਹੁਣ ਆਪਾਂ ਇੱਕ ਇੱਕ ਕਰਕੇ ਜਿਹੜੇ ਅਗਲੇ ਕੁਐਸਚਨਸ ਹਨ ਉਹਨਾਂ ਦੇ ਆਂਸਰ ਦੇਖਦੇ ਹਾਂ ਜੀ ਆਪਣੇ ਕੋਲ। ਹਰੇਕ ਪ੍ਰਸ਼ਨ ਦੇ ਆਪਣੇ ਕੋਲ 2-2 ਅੰਕ ਹੋਣਗੇ ਜੀ। ਅਤੇ ਆਹ ਹੁਣ ਆਪਾਂ ਇੱਕ ਇੱਕ ਕਰਕੇ, ਤੁਸੀਂ ਸਾਰੇ ਹੀ ਕੁਐਸਚਨਸ ਪਹਿਲਾਂ ਕਾਪੀ ਦੇ ਉੱਪਰ ਨੋਟ ਕਰ ਲਓ, ਅਤੇ ਫਿਰ ਆਪਾਂ ਇੱਕ ਇੱਕ ਕਰਕੇ ਸਾਰੇ ਹੀ ਕੁਐਸਚਨਸ ਜੋ ਹਨ ਉਹਨਾਂ ਦਾ ਆਂਸਰ ਦੇਖਦੇ ਹਾਂ ਕਿ ਆਂਸਰ ਉਹਨਾਂ ਦਾ ਆ ਸਕਦਾ ਹੈ ਜੀ। ਆਪਣੇ ਪ੍ਰਸ਼ਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ, ਖੇਡ ਦੇ ਮੈਦਾਨ ਵਿੱਚ ਲੱਗਣ ਵਾਲੀਆਂ ਸੱਟਾਂ ਨੂੰ ਕੀ ਕਿਹਾ ਜਾਂਦਾ ਹੈ? ਅਤੇ ਇਸ ਤਰ੍ਹਾਂ 2 ਤਰ੍ਹਾਂ ਦੀਆਂ ਸੱਟਾਂ ਹੁੰਦੀਆਂ ਹਨ ਆਪਣੇ ਕੋਲ, ਪ੍ਰਤੱਖ ਸੱਟਾਂ ਅਤੇ ਅਪ੍ਰਤੱਖ ਸੱਟਾਂ।
ਤੇ ਆਓ ਅਗਲਾ ਕੁਐਸਚਨ ਦੇਖਦੇ ਹਾਂ, ਸੈਕਿੰਡ ਕੁਐਸਚਨ। ਯੋਗ ਦੀ ਪਰਿਭਾਸ਼ਾ ਲਿਖੋ ਜਾਂ ਯੋਗ ਦੀ ਪਰਿਭਾਸ਼ਾ ਦਿਓ। ਡਾਕਟਰ ਰਾਧਾ ਕ੍ਰਿਸ਼ਨ ਦੇ ਅਨੁਸਾਰ ਯੋਗ ਉਹ ਰਸਤਾ ਹੈ ਜੋ ਵਿਅਕਤੀ ਨੂੰ ਅੰਧਕਾਰ ਤੋਂ ਰੋਸ਼ਨੀ ਵੱਲ ਲੈ ਜਾਂਦਾ ਹੈ ਜੀ। ਅਤੇ ਆਓ ਅਗਲਾ ਕੁਐਸਚਨ ਦੇਖ। ਤੀਸਰਾ ਕੁਐਸਚਨ ਹੈ ਜੀ, ਮਨੁੱਖੀ ਸਰੀਰ ਵਿੱਚ ਕੁੱਲ ਕਿੰਨੀਆਂ ਹੱਡੀਆਂ ਹੁੰਦੀਆਂ ਹਨ? ਅਤੇ ਇਸਦਾ ਸਿੱਧਾ ਤੁਸੀਂ ਆਂਸਰ ਲਿਖ ਦੇਣਾ ਹੈ ਜੀ, 206 ਹੱਡੀਆਂ। ਅਤੇ ਆਓ ਹੁਣ ਚੌਥਾ ਕੁਐਸਚਨ ਕਰਦੇ ਹਾਂ ਜੀ। ਹੁਣ ਚੌਥਾ ਕੁਐਸਚਨ ਹੈ ਜੀ, ਇੱਕ ਸਕਾਊਟ ਦੂਸਰੇ ਸਕਾਊਟ ਨੂੰ ਮਿਲ ਸਮੇਂ ਕੀ ਕਰਦਾ ਹੈ? ਅਤੇ ਆਂਸਰ ਆਏਗਾ, 3 ਉਂਗਲਾਂ ਦੇ ਨਾਲ ਸਲਿਊਟ ਕਰਦਾ ਹੈ ਜੀ। ਅਤੇ ਆਓ ਅਗਲਾ ਕੁਐਸਚਨ ਦੇਖਦੇ ਹਾਂ। ਅਗਲਾ ਕੁਐਸਚਨ ਹੈ ਜੀ, ਮਨੁੱਖੀ ਦਿਲ ਦਾ ਆਕਾਰ ਕਿਹੋ ਜਿਹਾ ਹੈ? ਅਤੇ ਇਸਦਾ ਆਂਸਰ ਆਏਗਾ, ਬੰਦ ਮੁੱਠੀ ਜਿਹਾ। ਅਤੇ ਇਸਦਾ ਆਂਸਰ ਆ ਜਾਏਗਾ, ਬੰਦ ਮੁੱਠੀ ਜਿਹਾ। ਅਤੇ ਆਓ ਅਗਲਾ ਕੁਐਸਚਨ ਦੇਖਦੇ ਹਾਂ ਜੀ। ਛੇਵਾਂ ਕੁਐਸਚਨ ਹੈ ਜੀ, ਗਿਆਨ ਇੰਦਰੀਆਂ ਦੇ ਸਿਰਫ ਆਪਾਂ ਨਾਮ ਲਿਖਣੇ ਹਨ ਜੀ। ਅਤੇ ਗਿਆਨ ਇੰਦਰੀਆਂ ਆਪਣੇ ਕੋਲ ਹਨ ਜੀ, ਅੱਖਾਂ, ਕੰਨ, ਜੀਭ, ਨੱਕ ਅਤੇ ਚਮੜੀ। ਇਹ ਆਪਣੇ ਕੋਲ ਹੁੰਦੀਆਂ ਹਨ ਗਿਆਨ ਇੰਦਰੀਆਂ ਜੀ। ਅਤੇ ਆਓ ਹੁਣ ਆਪਾਂ ਅਗਲਾ ਕੁਐਸਚਨ ਦੇਖਦੇ ਹਾਂ ਜੀ। ਜੀ ਆਸਣ ਕਰਨ ਲਈ ਕਰਨ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਮੰਨਿਆ ਜਾਂਦਾ ਹੈ? ਅਤੇ ਉਹ ਹੈ ਜੀ, ਸਵੇਰ ਦਾ ਸਮਾਂ। ਅਤੇ ਇਸਦਾ ਆਂਸਰ ਤੁਸੀਂ ਇਸ ਲਿਖਣਾ ਹੈ ਕਿ ਆਸਣ ਕਰਨ ਲਈ ਸਵੇਰ ਦਾ ਸਮਾਂ ਸਭ ਤੋਂ ਵਧੀਆ ਮੰਨਿਆ ਗਿਆ ਹੈ ਜੀ। ਅਤੇ ਆਓ ਹੁਣ ਆਪਾਂ ਅਗਲਾ ਕੁਐਸਚਨ ਦੇਖਦੇ ਹਾਂ ਜੀ। ਸੋ ਅਗਲਾ ਕੁਐਸਚਨ ਹੈ ਜੀ, ਮਨੁੱਖ ਦੀਆਂ ਮੂਲ ਕੁਸ਼ਲਤਾਵਾਂ ਕਿਹੜੀਆਂ ਹਨ? ਤੁਰਨਾ, ਦੌੜਨਾ, ਕੁੱਦਣਾ, ਲੋਟਣੀਆਂ ਲੈਣੀਆਂ ਅਤੇ ਦਰਖਤ 'ਤੇ ਚੜ੍ਹਨਾ ਆਦਿ ਮਨੁੱਖ ਦੀਆਂ ਮੂਲ ਕੁਸ਼ਲਤਾਵਾਂ ਹਨ ਜੀ। ਅਤੇ ਆਓ ਅਗਲਾ ਕੁਐਸਚਨ ਦੇਖਦੇ ਹਾਂ। ਅਗਲਾ ਕੁਐਸਚਨ ਹੈ ਜੀ, ਖੇਡਾਂ ਨੂੰ ਅਸੀਂ ਕਿੰਨੇ ਭਾਗਾਂ ਵਿੱਚ ਵੰਡ ਸਕਦੇ ਹਾਂ? ਅਤੇ ਇਸਦਾ ਆਂਸਰ ਆ ਜਾਏਗਾ, ਛੋਟੀਆਂ ਅਤੇ ਵੱਡੀਆਂ ਖੇਡਾਂ ਜੀ। ਅਤੇ ਇਸ ਤੋਂ ਪਹਿਲਾਂ ਤੁਸੀਂ ਲਿਖ ਦੇਣਾ ਹੈ, ਖੇਡਾਂ ਨੂੰ 2 ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ, ਛੋਟੀਆਂ ਅਤੇ ਵੱਡੀਆਂ ਖੇਡਾਂ ਦੇ ਵਿੱਚ। ਅਤੇ ਫਿਰ ਛੋਟੀਆਂ ਅਤੇ ਵੱਡੀਆਂ ਖੇਡਾਂ ਦੇ ਤੁਸੀਂ ਨਾਮ ਲਿਖ ਦੇਣੇ ਹਨ। ਅਤੇ ਦੇਖੋ ਆਪਾਂ ਇਹਨਾਂ ਦੇ ਨਾਮ ਕਿਸ ਤਰ੍ਹਾਂ ਲਿਖਣੇ ਹਨ ਜੀ। ਸਾਰੀਆਂ ਖੇਡਾਂ ਜੋ ਹੈ ਉਹ ਲਿਖਣ ਦੀ ਲੋੜ ਨਹੀਂ ਹੈ, ਸਿਰਫ 3 ਜਾਂ 4 ਖੇਡਾਂ ਦੇ ਤੁਸੀਂ ਨਾਮ ਲਿਖਣੇ ਹਨ। ਪਹਿਲਾਂ ਵੱਡੀਆਂ ਖੇਡਾਂ ਲਿਖ ਲੈਣੀਆਂ ਹਨ, ਫੁੱਟਬਾਲ, ਹਾਕੀ, ਕ੍ਰਿਕਟ, ਟੇਬਲ ਟੈਨਿਸ, ਕੋਈ ਵੀ ਇਹਨਾਂ ਵਿੱਚੋਂ ਤੁਸੀਂ 4 ਜਾਂ 5 ਲਿਖ ਦੇਣੀਆਂ ਹਨ। ਅਤੇ ਫਿਰ ਇਸੇ ਤਰ੍ਹਾਂ ਜੋ ਛੋਟੀਆਂ ਖੇਡਾਂ ਹਨ, ਛੋਟੀਆਂ ਖੇਡਾਂ ਦੇਖੋ ਆਪਣੇ ਕੋਲ ਰੁਮਾਲ ਚੁੱਕਣਾ, ਕੋਟਲਾ ਛਪਾਕੀ, ਗੁੱਲੀ ਡੰਡਾ, ਲੀਡਰ ਲੱਭਣਾ, ਬਿੱਲੀ ਚੂਹਾ, ਇਸ ਤਰ੍ਹਾਂ ਇਹਨਾਂ ਛੋਟੀਆਂ ਖੇਡਾਂ ਦੇ ਵਿੱਚੋਂ ਵੀ ਤੁਸੀਂ ਕੋਈ ਵੀ 3 ਜਾਂ 4 ਲਿਖ ਦੇਣੀਆਂ ਹਨ ਜੀ। ਅਤੇ ਆ ਜਾਓ ਹੁਣ ਆਪਾਂ ਨੈਕਸਟ ਕੁਐਸਚਨ ਕਰਦੇ ਹਾਂ ਜੀ। ਲਾਸਟ ਕੁਐਸਚਨ ਕਰਦੇ ਹਾਂ ਜੀ, ਕਸਰਤ ਦੇ ਕੋਈ 2 ਲਾਭ ਲਿਖਣੇ ਹਨ। ਅਤੇ ਵਿਦਿਆਰਥੀਓ, ਅੱਗੇ ਚੱਲਣ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਹੈ ਜੀ। ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦੇਣਾ ਹੈ, ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰਕੇ ਜੋ ਆਲ ਦਾ ਨੋਟੀਫਿਕੇਸ਼ਨ ਹੈ ਉਸਨੂੰ ਜ਼ਰੂਰ ਔਨ ਕਰ ਲੈਣਾ ਹੈ, ਤਾਂ ਜੋ ਮੇਰੀ ਹਰੇਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਅਤੇ ਆਓ ਹੁਣ ਆਪਾਂ ਲਾਸਟ ਕੁਐਸਚਨ ਦਾ ਆਂਸਰ ਦੇਖਦੇ ਹਾਂ ਜੀ। ਕੋਈ 2 ਲਾਭ ਦੱਸਣੇ ਹਨ ਕਸਰਤ ਦੇ, ਅਤੇ ਆਓ ਦੇਖਦੇ ਹਾਂ ਇਸਦਾ ਆਂਸਰ ਆਪਾਂ ਕਿਸ ਤਰ੍ਹਾਂ ਲਿਖਿਆ। ਜੋ ਹੈ ਕਸਰਤ ਦੇ ਜ਼ਿਆਦਾ ਲਾਭ ਲਿਖੇ ਹਨ, ਪਰ ਤੁਸੀਂ ਕੋਈ ਵੀ 2 ਲਿਖ ਦੇਣੇ ਹਨ ਸਰੀਰ ਦੇ ਲਈ ਕਸਰਤ ਦੇ ਲਾਭ। ਜਿਸ ਤਰ੍ਹਾਂ ਪਹਿਲਾਂ ਤੁਸੀਂ ਲਿਖਣਾ ਹੈ, ਕਸਰਤ ਕਰਨ ਦੇ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਮਜ਼ਬੂਤ ਅਤੇ ਲਚਕਦਾਰ ਬਣਦੀਆਂ ਹਨ, ਜਿਸ ਨਾਲ ਸਰੀਰਕ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਇੱਕ ਤੁਸੀਂ ਇਹ ਪੁਆਇੰਟ ਲਿਖ ਦੇਣਾ ਹੈ। ਦੂਸਰਾ ਤੁਸੀਂ ਲਿਖ ਦੇਣਾ ਹੈ ਜੀ, ਹਰ ਰੋਜ਼ ਕਸਰਤ ਕਰਨ ਦੇ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਅਤੇ ਦਿਲ ਦੀ ਕਾਰਜ ਸਮਰੱਥਾ ਵਿੱਚ ਵਾਧਾ ਹੁੰਦਾ ਹੈ। ਫਿਰ ਕਸਰਤ ਕਰਨ ਵਾਲੇ ਵਿਅਕਤੀ ਨੂੰ ਦਿਲ ਦਾ ਦੌਰਾ ਨਹੀਂ ਪੈਂਦਾ ਹੈ ਜੀ। ਅਤੇ ਅੱਗੇ ਤੁਸੀਂ ਹੋਰ ਵੀ ਪੁਆਇੰਟ ਲਿਖ ਸਕਦੇ ਹੋ, ਕਸਰਤ ਕਰਨ ਨਾਲ ਵਿਅਕਤੀ ਦੀ ਪਾਚਨ ਪ੍ਰਣਾਲੀ ਠੀਕ ਰਹਿੰਦੀ ਹੈ ਅਤੇ ਲਗਾਤਾਰ ਭੁੱਖ ਲੱਗਦੀ ਰਹਿੰਦੀ ਹੈ ਜੀ। ਅਤੇ ਇਸ ਤਰ੍ਹਾਂ ਹੋਰ ਵੀ ਤੁਸੀਂ ਪੁਆਇੰਟ ਲਿਖ ਸਕਦੇ ਹੋ, ਕਸਰਤ ਨਾਲ ਸਰੀਰਕ ਢਾਂਚੇ ਦੀਆਂ ਕੁਰੂਪਤਾਵਾਂ ਠੀਕ ਹੋ ਜਾਂਦੀਆਂ ਹਨ। ਹੋਪਸ ਹੁਣ ਤੁਹਾਨੂੰ ਸਾਰੇ ਹੀ ਜੋ ਕੁਐਸਚਨ ਕਰਵਾਏ ਹਨ ਅੱਛੀ ਤਰ੍ਹਾਂ ਸਮਝ ਲੱਗ ਗਏ ਹੋਣਗੇ। ਜੇਕਰ ਵੀਡੀਓ ਤੁਹਾਨੂੰ ਅੱਛੀ ਲੱਗੀ ਤਾਂ ਇਸਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅਤੇ ਬੈੱਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਦੇਣਾ। ਧੰਨਵਾਦ।